ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ, ਜਦੋਂ ਤਰਨ ਤਾਰਨ ਦੇ ਪਿੰਡ ਫਤਿਹਾਬਾਦ ਦੇ ਬਾਜ਼ਾਰ ਵਿੱਚ ਅਚਾਨਕ ਆਇਆ ਬਾਰਾ ਸਿੰਘਾ, ਫਿਰ ਕਿੱਦਾਂ ਮਚੀ ਅਫਰਾ ਤਫਰੀ। ਸਾਰੀ ਜਨਤਾ ਭੱਜੀ ਫਿਰਦੀ, ਮਗਰ ਤੇ ਵਿਚਾਰਾ ਦਰਿਆ ਫਿਰਦਾ ਹੈ। ਅਸੀਂ ਫੜ ਕੇ ਬੰਨ ਗਏ, ਇਹਨੂੰ ਕਿਹਾ ਵੀ ਬੰਨ ਲਿਆ ਤੇ ਆਣ ਕੇ ਲੈ ਜਾਓ ਜਿਹਦਾ ਹੈਗਾ। ਬਾਰਾ ਸਿੰਘਾ ਜਿਹੜਾ ਉਹ ਜਾਨਵਰ ਬਾਰੇ ਜਿਹੜਾ ਆ, ਜਿਹੜੀ ਕੰਸਰਨ ਡਿਪਾਰਟਮੈਂਟ ਆ ਉਹਨਾਂ ਨੂੰ ਇਨਫੋਰਮ ਕਰਤਾ, ਉਹ ਆ ਰਿਹਾ ਤੇ ਉਹ ਲੈ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਤਰਨ ਤਾਰਨ ਦੇ ਪਿੰਡ ਫਤਿਹਾਬਾਦ ਵਿਖੇ ਦਿਨ ਦਿਹਾੜੇ ਉਸ ਸਮੇਂ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਬਾਜ਼ਾਰ ਵਿੱਚ ਅਚਾਨਕ ਇੱਕ ਬਾਰਾ ਸਿੰਘਾ ਦਾਖਲ ਹੋ ਗਿਆ, ਜਿਸ ਨੂੰ ਵੇਖ ਕੇ ਲੋਕ ਪਹਿਲਾਂ ਤਾਂ ਹੈਰਾਨ ਹੋਏ ਤੇ ਫਿਰ ਪਰੇਸ਼ਾਨ। ਉਸ ਤੋਂ ਬਾਅਦ ਲੋਕਾਂ ਵੱਲੋਂ ਉਕਤ ਬਾਰਾ ਸਿੰਘ ਨੂੰ ਕਾਬੂ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੱਤੀ ਗਈ, ਪਰ ਉਸ ਦੇ ਬਾਵਜੂਦ ਵੀ ਕੋਈ ਵਣ ਵਿਭਾਗ ਦਾ ਅਧਿਕਾਰੀ ਮੌਕੇ ਤੇ ਨਾ ਪਹੁੰਚਿਆ ਅਤੇ ਨਾ ਹੀ ਪੁਲਿਸ ਮੌਕੇ ਤੇ ਪਹੁੰਚੀ। ਫਿਰ ਸਥਾਨਕ ਲੋਕਾਂ ਨੇ ਆਪਣੇ ਤੌਰ ਤੇ ਹੀ ਕੋਸ਼ਿਸ਼ਾਂ ਕੀਤੀਆਂ ਅਤੇ ਕਈ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਬਾਰਾ ਸਿੰਘ ਨੂੰ ਕਾਬੂ ਕਰ ਲਿੱਤਾ ਗਿਆ। ਲੋਕਾਂ ਨੇ ਦੱਸਿਆ ਕਿ ਵੀਰਵਾਰ ਨੂੰ ਦਿਨ ਦਿਹਾੜੇ ਦੁਪਹਿਰ 2 ਵਜੇ ਦੇ ਕਰੀਬ ਬਾਰਾ ਸਿੰਘਾ ਫਤਿਹਾਬਾਦ ਦੇ ਆਸ ਪਾਸ ਵੇਖਿਆ ਗਿਆ ਸੀ, ਕਿਸੇ ਦੇ ਘਰ ਵਿੱਚ ਦਾਖਿਲ ਹੋਇਆ ਸੀ ਅਤੇ ਉਸ ਤੋਂ ਬਾਅਦ ਘਰ ਵਾਲਿਆਂ ਵੱਲੋਂ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਭੱਜ ਕੇ ਬਾਜ਼ਾਰ ਵਿੱਚ ਦਸਤਕ ਦਿੱਤੀ ਅਤੇ ਆਪਣੀ ਜਾਨ ਬਚਾਉਣ ਲਈ ਦੁਕਾਨਾਂ ਵਿੱਚ ਵੜ ਸਹਾਰਾ ਲੈਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਪਹਿਲੀ ਵਾਰ ਇਸ ਜਾਨਵਰ ਨੂੰ ਦੇਖਦੇ ਹੀ ਦੁਕਾਨਦਾਰਾਂ ਰਾਹਗੀਰਾਂ ਦੇ ਸਾਹ ਸੁੱਕ ਗਏ ਅਤੇ ਉਹਨਾਂ ਵਿੱਚ ਬੇਚੈਨੀ ਪਾਈ ਗਈ। ਲੋਕਾਂ ਵੱਲੋਂ ਥਾਣਾ ਸ੍ਰੀ ਗੋਬਿੰਦਵਾਲ ਸਾਹਿਬ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਪੁਲਿਸ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਪਰ ਪੁਲਿਸ ਕਈ ਘੰਟਿਆਂ ਤੋਂ ਬਾਅਦ ਪਹੁੰਚੀ, ਪਰ ਵਣ ਵਿਭਾਗ ਦੇ ਅਧਿਕਾਰੀ ਫਿਰ ਵੀ ਨਾ ਪਹੁੰਚ ਸਕੇ। ਹੁਣ ਪਿੰਡ ਵਾਸੀਆਂ ਵੱਲੋਂ ਉਕਤ ਬਾਰਾ ਸਿੰਘ ਨੂੰ ਆਪਣੇ ਤੌਰ ਦੇ ਉੱਤੇ ਕਾਬੂ ਕਰਕੇ ਬੰਨ ਲਿੱਤਾ ਗਿਆ ਹੈ, ਜਦੋਂ ਕਿ ਅਜੇ ਤੱਕ ਵੀ ਵਣ ਵਿਭਾਗ ਦੇ ਅਧਿਕਾਰੀਆਂ ਦੀ ਉਡੀਕ ਕੀਤੀ ਹੀ ਜਾ ਰਹੀ ਹੈ। ਮੌਕੇ ਤੇ ਪਹੁੰਚੇ ਫਤਿਹਾਬਾਦ ਚੌਂਕੀ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਬਾਰਾ ਸਿੰਘਾਂ ਆਉਣ ਸੰਬੰਧੀ ਸੂਚਨਾ ਮਿਲੀ ਸੀ, ਜਿਸ ਨੂੰ ਲੋਕਾਂ ਨੇ ਕਾਬੂ ਕਰ ਲਿਆ ਹੈ। ਜਦੋਂ ਇਸ ਸੰਬੰਧੀ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਇਸ ਸੰਬੰਧੀ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ। ਹਿਰਨਾ ਹੀ ਤੁਰਦਾ ਫਿਰਦਾ ਆਉਣ ਡਿਆ ਬਾਜ਼ਾਰ ਦੇ ਵਿੱਚ, ਅਸੀਂ ਅੱਡਾ ਲਾਉਂਦੇ ਫਰੂਟ ਦਾ ਤੇ ਸਾਰੀ ਜਨਤਾ ਭੱਜੀ ਫਿਰਦੀ, ਮਗਰ ਤੇ ਵਿਚਾਰਾ ਦਰਿਆ ਫਿਰਦਾ ਹੈ। ਅਸੀਂ ਫੜ ਕੇ ਬੰਨ ਗਏ, ਇਹਨੂੰ ਕਿਹਾ ਵੀ ਬੰਨ ਲਿਆ ਤੇ ਆਣ ਕੇ ਲੈ ਜਾਓ ਜਿਹਦਾ ਹੈਗਾ। ਬਾਰਾ ਸਿੰਘਾ ਜਿਹੜਾ ਉਹ ਜਾਨਵਰ ਬਾਰੇ ਜਿਹੜਾ ਆ, ਜਿਹੜੀ ਕੰਸਰਨ ਡਿਪਾਰਟਮੈਂਟ ਆ ਉਹਨਾਂ ਨੂੰ ਇਨਫੋਰਮ ਕਰਤਾ, ਉਹ ਆ ਰਿਹਾ ਤੇ ਉਹ ਲੈ ਜਾਣਗੇ। ਦੇਖੋ ਜੀ, ਮੈਂ ਤੇ ਪੁਲਿਸ ਡਿਪਾਰਟਮੈਂਟ ਨਾਲ ਆ, ਇਹਦੇ ਬਾਰੇ ਤੇ ਲੱਗਦਾ ਉਹ ਆਪਾਂ ਨੂੰ ਜਿਹੜਾ ਵੇਖਣ ਤੋਂ ਐਨੀਮਲ ਆ ਉਹ ਬਾਰਾ ਸਿੰਘਾ ਹੀ ਲੱਗਦਾ। ਤੁਸੀਂ ਕਾਬੂ ਕਰ ਲਿਆ? ਕਾਬੂ ਜਨਤਾ ਦੇ ਸਹਿਯੋਗ ਨਾਲ ਕਰ ਲਿਆ। ਗੁਰਪਿਆਰ, ਅਸੀਂ ਅਕਸਰ ਕਹਿੰਦੇ ਹਾਂ ਕਿ ਸਾਡਾ ਦੇਸ਼ ਬਹੁਤ ਤਰੱਕੀ ਕਰ ਰਿਹਾ, ਇਮਾਰਤਾਂ ਬਹੁਤ ਵੱਡੀਆਂ ਉਸਾਰੀਆਂ ਜਾ ਰਹੀਆਂ ਨੇ, ਪਰ ਜੰਗਲੀ ਜਾਨਵਰਾਂ ਦਾ ਕੀ, ਜੋ ਸਿਮਟਦੇ ਜਾ ਰਹੇ ਨੇ, ਜਿਹਨਾਂ ਦੇ ਜੰਗਲ ਆਏ ਦਿਨ ਵੱਡੇ ਜਾ ਰਹੇ ਨੇ, ਉਹਨਾਂ ਨੂੰ ਜੰਗਲਾਂ ਦੇ ਵਿੱਚ ਥਾਂ ਹੀ ਨਹੀਂ ਲੱਭਦੀ।
ਹੁਣ ਤਾਂ ਪੰਜਾਬ ਦੇ ਵਿੱਚ ਵੀ ਨਾ ਮਾਤਰ ਹੀ ਬੀੜ ਰਹਿ ਗਏ ਨੇ ਅਤੇ ਬਹੁਤਾਤ ਗਿਣਤੀ ਉਹਨਾਂ ਬੀੜਾਂ ਦੀ ਹੈ ਜਿਨ੍ਹਾਂ ਦੇ ਵਿੱਚੋਂ ਵੱਡੇ ਪੇੜ ਲੱਕੜ ਤਸਕਰਾਂ ਵੱਲੋਂ ਵੱਢ ਦਿੱਤੇ ਗਏ ਨੇ। ਫਿਰ ਜੰਗਲੀ ਜਾਨਵਰ ਕੀ ਕਰਨ, ਅਗਰ ਉਹ ਸ਼ਹਿਰਾਂ ਦਾ ਰੁੱਖ ਨਾ ਕਰਨਗੇ ਤਾਂ ਹੋਰ ਕਿੱਥੇ ਜਾਣਗੇ। ਇਸ ਵੱਲ ਆਮ ਲੋਕਾਂ ਤੋਂ ਲੈ ਕੇ ਸਰਕਾਰਾਂ ਤੱਕ ਨੂੰ ਧਿਆਨ ਦੇਣਾ ਬਣਦਾ ਹੈ ਕਿ ਆਖਿਰ ਅੱਜ ਉਹ ਸਮਾਂ ਕਿਉਂ ਆ ਰਿਹਾ ਹੈ ਕਿ ਜੰਗਲੀ ਜਾਨਵਰ ਪਹਾੜਾਂ ਤੋਂ ਉੱਤਰ ਕੇ ਜਾਂ ਆਪਣੇ ਜੰਗਲਾਂ ਤੋਂ ਨਿਕਲ ਕੇ ਇਨਸਾਨੀ ਇਲਾਕਿਆਂ ਦਾ ਰੁੱਖ ਕਰ ਰਹੇ ਨੇ, ਜਿਸ ਦੇ ਨਾਲ ਆਮ ਲੋਕ ਤਾਂ ਪਰੇਸ਼ਾਨ ਹੋ ਹੀ ਰਹੇ ਨੇ ਪਰ ਇਹ ਬੇਜ਼ੁਬਾਨ ਕਿੰਨੇ ਦੁਖੀ ਹੁੰਦੇ ਨੇ ਉਹ ਤੁਸੀਂ ਮਹਿਸੂਸ ਵੀ ਨਹੀਂ ਕਰ ਸਕਦੇ। ਅਤੇ ਜੇਕਰ ਅਸੀਂ ਆਪਣਾ ਆਲਾ ਦੁਆਲਾ ਵਾਕਈ ਹੀ ਦਿਲੋਂ ਬਚਾਉਣਾ ਚਾਹੁੰਦੇ ਹਾਂ, ਜੰਗਲੀ ਜਾਨਵਰਾਂ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਬਾਬੇ ਨਾਨਕ ਦੇ ਦਿੱਤੇ ਹੋਏ ਸਿਧਾਂਤ ਦੇ ਤੁਰੀਏ ਅਤੇ ਹਰ ਕਿਸੇ ਦਾ ਫਰਜ਼ ਬਣਦਾ ਕਿ ਉਹ ਇੱਕ ਰੁੱਖ ਜ਼ਰੂਰ ਲਗਾਵੇ ਅਤੇ ਉਸਦੀ ਉਦੋਂ ਤੱਕ ਸੇਵਾ ਕਰੇ ਜਦੋਂ ਤੱਕ ਉਹ ਰੁੱਖ ਦੂਜਿਆਂ ਨੂੰ ਛਾਂ ਦੇਣ ਕਾਬਿਲ ਨਹੀਂ ਹੋ ਜਾਂਦਾ। ਅਤੇ ਜੇਕਰ ਅਸੀਂ ਜੰਗਲੀ ਜਾਨਵਰ ਕੋਈ ਵੀ ਵੇਖਦੇ ਹਾਂ ਤਾਂ ਸਾਨੂੰ ਬਹੁਤ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਹੈ। ਵਨ ਵਿਭਾਗ ਨਾਲ ਸੰਪਰਕ ਕਰੋ ਜਾਂ ਆਪਣੇ ਤੌਰ ਦੇ ਉੱਤੇ ਸਾਡਾ ਫਰਜ਼ ਬਣਦਾ ਹੈ ਕਿ ਉਸਨੂੰ ਸੇਫਲੀ ਸਾਂਭ ਕੇ ਮੁੜ ਜੰਗਲ ਤੱਕ ਪਹੁੰਚਾਇਆ ਜਾਵੇ। ਉਮੀਦ ਕਰਦੇ ਹਾਂ ਤੁਸੀਂ ਸਭ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋਗੇ। ਗੁਰਬਾਣੀ ਅਖੰਡ ਬਾਣੀ ਵਾਸਤੇ ਤਰਨ ਤਾਰਨ ਸਾਹਿਬ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।